ਰਣਜੀਤ ਕੌਰ ਆ ਜੀ, ਨਵਾਂਪੁਰ ਦੀ ਰਹਿਣ ਵਾਲੀ ਆ। ਮੈਨੂੰ ਕਈ ਸਾਲਾਂ ਤੋਂ ਬਵਾਸੀਰ ਦੀ ਦਿੱਕਤ, ਪਤਾ ਲੱਗਿਆ ਜੀ ਵਿਸ਼ਵ ਜਾਦਵ ਵੱਲੋਂ ਕੈਂਪ ਲੱਗ ਰਿਹਾ ਜੀ। ਉੱਥੇ ਜੀ ਮੈਨੂੰ ਇਹਨਾਂ ਨੇ ਰਾਣਾ ਹੋਸਪਿਟਲ 'ਚ ਭੇਜਿਆ ਜੀ। ਚੈੱਕ ਟੈਸਟ ਮੇਰੇ ਫਰੀ ਹੋ ਗਏ ਜੀ, ਚੈੱਕ ਸ਼ੈਪ ਸਭ ਕੁਛ ਫਰੀ ਹੋ ਗਏ। ਮੈਂ ਧੰਨਵਾਦ ਕਰਦੀ ਹਾਂ ਜੀ ਰਾਣਾ ਹੋਸਪਿਟਲ ਵਾਲਿਆਂ ਦਾ, ਕੈਂਪ ਵਾਲਿਆਂ ਦਾ ਜੀ ਧੰਨਵਾਦ ਕਰਦੇ ਜੀ। ਮੇਰਾ ਨਾਮ ਪ੍ਰਗਟ ਸਿੰਘ ਹੈ, ਮੈਂ ਧੀਰਪੁਰ ਦਾ ਰਹਿਣ ਵਾਲਾ ਜੀ, ਫਤਿਹਗੜ੍ਹ ਸਾਹਿਬ ਤੋਂ। ਮੈਨੂੰ 2 ਸਾਲ ਤੋਂ ਬਾਬਾ ਸੀਰ ਦੀ ਪ੍ਰੋਬਲਮ ਸੀਗੀ ਜੀ। ਮੈਨੂੰ ਪਤਾ ਲੱਗਿਆ ਕਿ ਸਰਹੰਦ ਵਿੱਚ ਕੈਂਪ ਲਗਾਇਆ ਜਾ ਰਿਹਾ ਵਿਸ਼ਵ ਜਾਤਰੀ ਵੱਲੋਂ। ਮੈਂ ਉਸ ਵਿੱਚ ਆਇਆ ਅਤੇ ਮੇਰਾ ਰਾਣਾ ਬਾਬਾ ਸੀਰ ਹਸਪਤਾਲ ਵਿੱਚ ਮੈਂ ਉੱਥੇ ਗਿਆ, ਮੇਰਾ ਉੱਥੇ ਚੈੱਕਅਪ ਹੋਇਆ। ਮੈਨੂੰ ਉਹਨਾਂ ਨੇ ਆਪਰੇਸ਼ਨ ਲਈ ਰਾਣਾ ਹਸਪਤਾਲ ਵਿੱਚ ਭੇਜ ਦਿੱਤਾ। ਉੱਥੇ ਆਪਰੇਸ਼ਨ ਬਿਲਕੁਲ ਫ੍ਰੀ ਹੋ ਗਿਆ ਅਤੇ ਦਵਾਈਆਂ, ਸਾਰੀਆਂ ਦਵਾਈਆਂ ਫ੍ਰੀ ਮਿਲ ਗਈਆਂ ਅਤੇ ਬਹੁਤ ਵਧੀਆ ਲੱਗਿਆ ਅਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਮੇਰਾ ਨਾਮ ਭਿੰਦਰ ਸਿੰਘ ਆ, ਮੈਂ ਪਿੰਡ ਖੇੜੀ ਦਾ ਰਹਿਣ ਵਾਲਾ ਹਾਂ। ਮੈਨੂੰ 2-2.5 ਸਾਲਾਂ ਤੋਂ ਬਾਬਾ ਸੀਰ ਦੀ ਸ਼ਿਕਾਇਤ ਸੀ। ਮੈਨੂੰ ਪਤਾ ਲੱਗਿਆ ਕਿ ਵਿਸ਼ਵ ਜਾਗਰਤੀ ਕੈਂਪ ਸਰਹੰਦ ਦੇ ਵਿੱਚ ਲਗਾਇਆ ਜਾ ਰਿਹਾ ਹੈ, ਜਿੱਥੇ ਇਹ ਬਾਬਾ ਸੀਰ ਦੇ ਮਰੀਜ਼ਾਂ ਦਾ ਫਰੀ ਚੈੱਕਅਪ ਅਤੇ ਆਪਰੇਸ਼ਨ ਹੋਵੇਗਾ। ਉੱਥੇ ਮੇਰਾ ਫਰੀ ਚੈੱਕਅਪ ਹੋਇਆ, ਉਹਨਾਂ ਨੇ ਮੈਨੂੰ ਰਾਣਾ ਹੋਸਪਿਟਲ ਸਰਹੰਦ ਵਿਖੇ ਭੇਜ ਦਿੱਤਾ। ਇੱਥੇ ਮੇਰਾ ਫਰੀ ਆਪਰੇਸ਼ਨ ਹੋਇਆ ਅਤੇ ਫਰੀ ਦਵਾਈਆਂ ਮਿਲੀਆਂ। ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ। ਮੇਰਾ ਨਾਮ ਬੇਵੀਰ ਕੌਰ ਹੈ, ਮੈਂ ਪਟਿਆਲਾ ਦੀ ਰਹਿਣ ਵਾਲੀ ਹਾਂ। ਮੈਨੂੰ 5 ਸਾਲ ਤੋਂ ਭਗੰਦਰ ਦੀ ਪ੍ਰੋਬਲਮ ਸੀਗੀ। ਸਰਹੰਦ ਦੇ ਵਿੱਚ ਕੈਂਪ ਲਗਾਇਆ ਗਿਆ ਵਿਸ਼ਵ ਜਾਗਤ ਵਿਸ਼ਰ, ਮੈਂ ਉੱਥੇ ਆਈ ਸੀ। ਉੱਥੇ ਮੈਨੂੰ ਰਾਣਾ ਹੋਸਪਿਟਲ ਭੇਜਿਆ ਗਿਆ ਸੀਗਾ। ਉਹਨਾਂ ਨੇ ਮੇਰਾ ਫਰੀ ਚੈੱਕ ਕਰਿਆ, ਮੇਰਾ ਆਪਰੇਸ਼ਨ ਫਰੀ ਕਰਿਆ, ਮੈਨੂੰ ਮੈਡੀਸਨ ਵੀ ਫਰੀ ਦਿੱਤੀ ਹੈ। ਮੈਂ ਬਹੁਤ ਧੰਨਵਾਦ ਕਰਦੀ ਹਾਂ ਰਾਣਾ ਹੋਸਪਿਟਲ ਅਤੇ ਉਹਨਾਂ ਦੇ ਸਟਾਫ ਦਾ। ਮਹਿੰਦਰ ਸਿੰਘ ਹੈ ਅਤੇ ਮੈਂ ਤਖਾਣ ਮੰਤਰੀ ਦਾ ਰਹਿਣ ਵਾਲਾ ਹਾਂ। ਮੇਰੇ ਦਾਦਾ ਜੀ ਨੂੰ ਬਾਬਾ ਨਛੱਤਰ ਸਿੰਘ ਦਾਦਾ ਜੀ ਨੂੰ ਬਾਬਾ ਸਿੰਘ ਦੀ ਪ੍ਰੋਬਲਮ ਸੀ ਕਾਫੀ ਸਮੇਂ ਤੋਂ, ਅਤੇ ਸਰਹੰਦ ਵਿੱਚੋਂ ਵਿਸ਼ਵ ਜਾਗਰਤੀ ਮਿਸ਼ਨ ਦੁਆਰਾ ਕੈਂਪ ਲੱਗਿਆ ਅਤੇ ਉੱਥੇ ਇਹਨਾਂ ਦਾ ਚੈੱਕਅਪ ਕਰਾਇਆ ਗਿਆ ਅਤੇ ਉਹਨਾਂ ਨੇ ਦਾਦਾ ਜੀ ਨੂੰ ਰਾਣਾ ਹੋਸਪਿਟਲ ਵਿੱਚ ਭੇਜਿਆ ਗਿਆ ਅਤੇ ਉੱਥੇ ਇਹਨਾਂ ਦਾ ਫਰੀ ਆਪਰੇਸ਼ਨ ਹੋਇਆ। ਇਸ ਕਰਕੇ ਰਾਣਾ ਹੋਸਪਿਟਲ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਮੇਰਾ ਨਾਮ ਪੰਜਰਾਮ ਹੈ, ਮੈਂ ਸਰਹੰਦ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹਾਂ। ਮੇਰੇ 6 ਸਾਲ ਸੇ ਬਾਬਾ ਸੀਰ ਥਾ ਸਰਹੰਦ ਮੈਂ। ਮੈਨੂੰ ਪਤਾ ਚਲਾ ਕਿ ਕੈਂਪ ਲੱਗ ਰਿਹਾ ਹੈ, ਵਹਾਂ ਪਰ ਮੈਂ ਚੈੱਕਅਪ ਕੇ ਲੇ ਗਿਆ, ਮੁਝੇ ਰਾਣਾ ਹਸਪਤਾਲ ਦੇ ਭੇਜ ਦਿਆ ਗਿਆ। ਯਹਾਂ ਮੈਂ ਫਰੀ ਮੇਰਾ ਆਪਰੇਸ਼ਨ ਹੁਆ, ਫਰੀ ਦਵਾਈਆਂ ਹੁਆ, ਠੀਕ ਠਾਕ ਮੈਂ ਆਪਣੇ ਘਰ ਜਾ ਰਹਾ ਹਾਂ। ਕੈਂਪ ਵਾਲੋ ਕੋ ਔਰ ਰਾਣਾ ਹਸਪਤਾਲ ਕਾ ਧੰਨਵਾਦ। ਮੇਰਾ ਨਾਮ ਜੀ ਗੁਰਪਿਆਰ ਸਿੰਘ ਹੈ ਜੀ, ਅਤੇ ਮੇਰੇ ਦਾਦਾ ਜੀ ਦਾ ਨਾਮ ਰਾਜਪਾਲ ਸਿੰਘ ਹੈ ਅਤੇ ਅਸੀਂ ਜੰਗਪੁਰ ਪਿੰਡ ਦੇ ਰਹਿਣ ਵਾਲੇ ਜੀ। ਅਤੇ ਮੇਰੇ ਦਾਦਾ ਜੀ ਨੂੰ ਰਾਜਪਾਲ ਨੂੰ ਜੀ 2-3 ਸਾਲ ਤੋਂ ਬਾਬਾ ਸੀਰ ਦੀ ਪ੍ਰੋਬਲਮ ਸੀ ਅਤੇ ਜਾਗਰਤੀ ਸਾਨੂੰ ਪਤਾ ਲੱਗਿਆ ਜੀ ਸਰਹੰਦ ਦੇ ਵਿੱਚ ਵਿਸ਼ਵ ਜਾਗਰਤੀ ਵੱਲੋਂ ਕੈਂਪ ਲਗਾਇਆ ਜਾ ਰਿਹਾ ਹੈ। ਅਸੀਂ ਦਾਦਾ ਜੀ ਨੂੰ ਲੈ ਕੇ ਇੱਥੇ ਵਿਸ਼ਵ ਜਾਗਰਤੀ ਕੈਂਪ 'ਚ ਲੈ ਕੇ ਗਏ ਜੀ ਅਤੇ ਇਹਨਾਂ ਨੇ ਸਾਨੂੰ ਰਾਣਾ ਹਸਪਤਾਲ ਭੇਜ ਦਿੱਤਾ ਜੀ ਅਤੇ ਉਹਨਾਂ ਦਾ ਉੱਥੇ ਓਪਰੇਸ਼ਨ ਵੀ ਕੀਤਾ ਅਤੇ ਇਹਨਾਂ ਦਾ ਧਿਆਨ ਵੀ ਰੱਖਿਆ ਗਿਆ ਅਤੇ ਹੁਣ ਇਹਨਾਂ ਦਾ ਓਪਰੇਸ਼ਨ ਠੀਕ ਠਾਕ ਹੋ ਚੁੱਕਿਆ ਅਤੇ ਹੁਣ ਅਸੀਂ ਇਹਨਾਂ ਨੂੰ ਠੀਕ ਠਾਕ ਘਰ ਵਾਪਸ ਲੈ ਜਾ ਰਹੇ ਹਾਂ ਅਤੇ ਅਸੀਂ ਰਾਣਾ ਹਸਪਤਾਲ ਅਤੇ ਮਿਸ਼ਨ ਜਾਗਰਤੀ ਕੈਂਪ ਦਾ ਧੰਨਵਾਦ। ਮੇਰਾ ਨਾਮ ਜੀ ਵਿਕਾਸ ਹੈ, ਅਸੀਂ ਖੰਡੇ ਸ਼ਹਿਰ ਦੇ ਰਹਿਣ ਵਾਲੇ ਹਾਂ। ਮੇਰੀ ਮਾਤਾ ਜੀ ਤੁਹਾਨੂੰ ਦੇਵੀ ਦੀ ਪ੍ਰੋਬਲਮ ਸੀ ਬਾਬਾ ਸਿਰ ਦੀ ਅਤੇ ਸਾਨੂੰ ਕਿਸੇ ਨੇ ਦੱਸਿਆ ਵੀ ਸਰਹੰਦ ਕੈਂਪ ਲੱਗਿਆ ਹੋਇਆ ਹੈ। ਅਸੀਂ ਕੈਂਪ 'ਚ ਆਏ ਅਤੇ ਅਸੀਂ ਚੈੱਕਅਪ ਕਰਾਇਆ, ਉਹਨਾਂ ਨੇ ਰਾਣਾ ਹੋਸਪਿਟਲ ਸਾਨੂੰ ਭੇਜਿਆ ਅਤੇ ਜੀ ਅੱਜ ਇਹਨਾਂ ਦਾ ਆਪਰੇਸ਼ਨ ਸੀ, ਆਪਰੇਸ਼ਨ ਠੀਕ ਠਾਕ ਹੋਇਆ ਜੀ ਅਤੇ ਮੈਂ ਧੰਨਵਾਦ ਕਰਦਾ ਹਾਂ ਰਾਣਾ ਹੋਸਪਿਟਲ ਦਾ। ਸਤਿ ਸ਼੍ਰੀ ਅਕਾਲ ਜੀ, ਨਮਸਤੇ, ਮੇਰਾ ਨਾਮ ਵਿਸ਼ਾਲ ਅਲੀ ਹੈ, ਮੈਂ ਪਿੰਡ ਪੰਜੋਲੀ ਕਲਾਂ ਦਾ ਰਹਿਣ ਵਾਲਾ ਹਾਂ। ਸਰਹੰਦ ਵਿਖੇ ਵਿਸ਼ਵ ਜਾਗਰਤ ਕੈਂਪ ਲਗਾਇਆ ਜਾ ਰਿਹਾ ਸੀ, ਮੈਂ ਸਰਹੰਦ ਕੈਂਪ ਵਿੱਚ ਆ ਕੇ ਆਪਣਾ ਚੈੱਕਅਪ ਕਰਵਾਇਆ ਅਤੇ ਉੱਥੇ ਡਾਕਟਰਾਂ ਨੇ ਮੈਨੂੰ ਆਪਰੇਸ਼ਨ ਬਾਰੇ ਵੀ ਆਪਰੇਸ਼ਨ ਕਰਨਾ ਪਊਗਾ, ਇਸ ਲਈ ਮੈਂ ਫਿਰ ਉਹਨਾਂ ਨੇ ਮੈਨੂੰ ਰਾਣਾ ਹੋਸਪਿਟਲ ਵਿੱਚ ਰੈਫਰ ਕੀਤਾ ਵੀ ਉੱਥੇ ਮੇਰਾ ਵਧੀਆ ਦੇਖਭਾਲ ਫਰੀ, ਰਾਣਾ ਹੋਸਪਿਟਲ ਵਿੱਚ ਮੇਰਾ ਆਪਰੇਸ਼ਨ ਬਿਲਕੁਲ ਫਰੀ ਅਤੇ
ਅਤੇ ਦਵਾਈਆਂ ਫਰੀ, ਟੈਸਟ ਵੀ ਸਭ ਫਰੀ ਹੋ ਗਿਆ, ਸਹੀ ਸਲਾਮਤ ਠੀਕ ਠਾਕ ਸਭ ਕੁਛ, ਆਪਰੇਸ਼ਨ ਠੀਕ ਠਾਕ ਹੋ ਗਏ ਜੀ, ਇਹਨਾਂ ਦਾ ਧੰਨਵਾਦ ਕਰਦਾ। ਮੇਰਾ ਨਾਮ ਜਤਿੰਦਰ ਸਿੰਘ ਹੈ, ਮੈਂ ਸਰਹੰਦ ਦਾ ਰਹਿਣ ਵਾਲਾ ਹਾਂ। ਮੈਂ 2-3 ਸਾਲ ਤੋਂ ਬਾਅਦ ਫਿਰ ਦਿਸ਼ ਗਿਆ ਸੀ। ਮਿਸ਼ਨ ਜਾਗਰਿਤੀ ਵੱਲੋਂ ਕੈਂਪ ਲਗਾਇਆ ਗਿਆ ਸੀ, ਮੈਂ ਉੱਥੇ ਚੈੱਕ ਹੋਇਆ, ਉਹਨਾਂ ਨੇ ਮੈਨੂੰ ਰਾਣਾ ਹੋਸਪਿਟਲ 'ਚ ਭੇਜਿਆ ਗਿਆ, ਉੱਥੇ ਜਾ ਮੇਰਾ ਆਪਰੇਸ਼ਨ ਹੋਇਆ। ਮੈਂ ਬਹੁਤ ਧੰਨਵਾਦ ਕਰਦਾ ਰਾਣਾ ਹੋਸਪਿਟਲ ਵਾਲਿਆਂ ਦਾ ਅਤੇ ਕੈਂਪ ਵਾਲਿਆਂ ਦਾ।